हेलो गाइस, स्वागत है मेरे रिएक्शन वीडियो अजय प्रकरण से। तुम से नवे गाने पर रिएक्शन वो है गया टैच गाना नवा आया है। एक गल इन्नी बड़ी लगी मैंने ऑफिशियल वीडियो से डूमो सर ली, तो मैं इन्ना एक्साइटेड था कि मैं सुनूँ, तो ताकत के टाइम वेस्ट नहीं करते तो अपना रिएक्शन वीडियो सीधा शुरू कर देने। ठीक है ना, गाना आ चुका 1 घंटा पहला, साढ़े टाइम 2 घंटे पहला, 7:30 या 8-9 बजे वाले है ना, तो हमारा पका दे रिएक्शन। तो आज फिर एक गल दसना भुल गए म्यूजिक है, सॉरी एक गल दसना भुल गए म्यूजिक है स्टील पेंगल्स, तो फ्री टू भी है नाल गाऊगा मेरे लड़ा पता नहीं, मैं जानता मैनू, तो सिडू सर है गई है ताई गल सुन गए। ਹੀਲਾ ਬਾਬਾ ਕੱਦ ਕਰਾ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਉਦਾਂ ਬੇਸਿਕਲੀ ਦੇਖਿਆ ਜਾਂ ਨਹੀਂ ਫੇਰਾ ਲਾਈਫ। ਇੱਕ ਰੋਮਾਂਟਿਕ ਸੌਂਗ ਸੌਂਗ ਆਉਣ ਵਾਲਾ ਮੈਨੂੰ ਲੱਗਦਾ। ਹੀਲਾ ਬਾਬਾ ਕੱਦ ਕਰਾ ਮੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ ਫੇਰਾ ਸਟੀਲ ਲਾਈਫ, ਬੈਂਕਸ ਵਾਲਾ ਨਾ ਜੋੜ ਨੂੰ ਮੈਂ ਬੈਠ ਤੇਰੇ ਨਾਲ। ਓ ਮੈਂ 10 ਮਿੰਟ ਤੱਕ ਕਿੰਨਾ ਵਧੀਆ ਲੱਗ ਰਿਹਾ ਸਰੂ ਸਰ, ਇੰਨੇ ਚਿਰ ਬਾਅਦ ਦੇਖੇ ਮੈਨੂੰ ਤਾਂ ਦੇਖਿਆ ਜਾ ਨਹੀਂ ਫੇਰਾ ਲਾਈਫ ਵਾਲਾ ਜੋੜ ਨੂੰ ਮੈਂ ਬੈਜ ਤੇ। ਹਾਏ ਲੜਾ ਪਾਉਂਦੇ ਸਰੂ ਸਰ, ਗਾਣੇ ਦੀ ਤਿਆਰੀ ਵਿੱਚ ਹੀ ਹੋ ਗਏ ਨਾ, ਹੁਣ ਇੱਕ ਰੱਬ ਵਾਪਸ ਆ ਗਿਆ ਹੋਵੇ ਜਾ ਹੈ। ਜ਼ਿੰਦਗੀ ਚ ਕੇਸ ਐਸੇ ਫਿਊ ਹੁੰਦੇ ਨੇ ਵੇ, ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ, ਸੁਪਨਿਆਂ ਵਿੱਚ ਜੋ ਗਰੀਬ ਹੁੰਦੇ ਯਾਰ, ਨੇ, ਰੀਅਲ ਲਾਈਫ ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ, ਫੀਲਿੰਗਾਂ ਕਿਉਂ ਕਰੀ ਇਹ ਲੈਟ ਸਰੂਮ ਸਰ ਚੜ ਗਈ। ਨੇ ਰੀਅਲ ਲਾਈਫ ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ, ਫੀਲਿੰਗਾਂ ਕਿਉਂ ਕਰੀ ਜਮਾ ਕੈਚ ਤੇਰੇ ਨਾਲ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਹੋ ਪਤਾ ਨਹੀਂ ਤੂੰ ਮੈਨੂੰ ਉਦਾਂ ਦੇਖਿਆ ਜਾਂ ਨਹੀਂ ਫੇਰਾ ਲਾਈਫ। ਸਿੱਧੂ ਮੂਸੇ ਨੂੰ ਦੇਖ ਕੇ ਇੰਨਾ ਵਧੀਆ ਲੱਗ ਰਿਹਾ ਨਾ, ਦੱਸ ਨਹੀਂ ਸਕਦਾ। Trendsetter, now your man's all copy and done. Why you still chasing me? Just stop it, like my profit is long. They say you never really know what you got till it's gone. Now I'm gone, babe. Between the streets and music, Fredo always has a long day. You want me, but you stress me. Can't you see it was the wrong way? I blocked your number, wanna hear from me, then let this song play. I know you hope I change my mind one day. I'm still up on the one way with my niggas, know it's gunplay. I lost a lot of what I love, so losing you is cool. ਕਦੇ ਕਦੇ ਕਰਦਾ ਤੂੰ ਹਾਈਡ ਲੱਗਦਾ, ਕਦੇ ਮੈਨੂੰ ਕਰਦਾ ਤੂੰ ਗਾਈਡ ਲੱਗਦਾ, ਕਦੇ ਮੈਨੂੰ ਲੱਗੇ ਵੇ ਤੂੰ ਮੇਰਾ ਹੀ ਹੋਣਾ, ਕਦੇ ਮੈਨੂੰ ਸਭ ਵਨ ਸਾਈਡ ਲੱਗਦਾ, ਮੈਨੂੰ ਬਸ ਤੇਰੇ ਝੋਰਿਆਂ ਨੇ ਖਾ ਲਿਆ, ਇੱਕ
ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਵਾਲਿਆ ਜ਼ਿੰਦਗੀ ਮੱਕਾ ਨੂੰ ਵੇ ਮੈਂ ਤੇਰੇ ਨਾਲ ਪਤਾ ਨਹੀਂ ਕਿਉਂ ਜਾਵਾ ਹੋਈ ਅਟੈਚ ਤੇਰੇ ਨਾਲ ਪਤਾ ਨਹੀਂ ਤੂੰ ਮੈਨੂੰ ਓਦਾਂ ਦੇਖਿਆ ਜਾਂ ਨਹੀਂ ਫਿਰ ਲਾਈਫ ਵਾਲਾ ਜਿਉਣ ਨੂੰ ਮੈਂ ਬੈਚ ਤੇਰੇ ਨਾਲ ਜਿਹੜਾ ਬੰਦਾ ਮੇਰੇ ਨਾਲ ਲੋਇਲ ਹੈ ਜਿਹੜਾ ਬੰਦਾ ਮੈਨੂੰ ਪਿਆਰ ਕਰਦਾ ਨਾ ਮੇਰੀ ਰਿਸਪੈਕਟ ਕਰਦਾ ਮੇਰੇ ਲਈ ਰਿਸ਼ਤੇ ਜ਼ਿਆਦਾ ਜ਼ਰੂਰੀ ਨੇ ਜਿਹੜਾ ਬੰਦਾ ਮੇਰੇ ਨਾਲ ਲੋਇਲ ਹੈ ਜਿਹੜਾ ਬੰਦਾ ਮੈਨੂੰ ਪਿਆਰ ਕਰਦਾ ਨਾ ਮੇਰੀ ਰਿਸਪੈਕਟ ਕਰਦਾ ਠੀਕ ਹੈ ਮਿਊਜ਼ਿਕ ਤਾਂ ਆਪਾਂ ਕਦੇ ਵੀ ਕਿਸੇ ਤੋਂ ਕਰਾ ਸਕਦੇ ਹਾਂ ਪਰ ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਪਦੇ ਭਰਾ ਅਤੇ ਦੋਸਤੀ ਜੋੜਿਆ ਹਨਾ ਜਿਹਨਾਂ ਨਾਲ ਮੈਂ ਕੰਮ ਕਰਦਾ ਉਹ ਮੇਰੀ ਫੈਮਿਲੀ ਵਾਂਗੂ ਮੇਰੇ ਨਾਲ ਵਰਤਦੇ ਹਨਾ ਮੇਰੇ ਨਾਲ ਬੈਂਗਲਸ ਹੋਣੀ ਨੇ ਬੈਂਗਲਸ ਵੱਡੇ ਭਰਾ ਵਾਂਗੂ ਹੈ ਮੇਰੇ ਨਾਲ ਹਨਾ ਅਤੇ ਉਹ ਘੈਂਟ ਬੰਦਾ ਦਿਲ ਦਾ ਹੀਰਾ ਬੰਦਾ ਦੈਟਸ ਵਾਈ ਆਮ ਵਰਕਿੰਗ ਵਿਦ ਹਿਮ ਹਨਾ ਉਹ ਯੂਕੇ ਦਾ ਪ੍ਰੋਡਿਊਸਰ ਬਾਅਦ 'ਚ ਹੋ ਸਕਦਾ ਸਾਰਾ ਕੁਝ ਬਾਅਦ 'ਚ ਹੋ ਸਕਦਾ ਪਰ ਉਹ ਚੰਗਾ ਇਨਸਾਨ ਹੈ ਸਭ ਤੋਂ ਪਹਿਲਾਂ ਹਨਾ ਉਹਦੀ ਫੈਮਿਲੀ ਬਹੁਤ ਵਧੀਆ ਉਹਦੇ ਮੰਮਾ ਪਾਪਾ ਹਨਾ ਉਹਦੇ ਯਾਨੀ ਕਿ ਸੰਸਕਾਰ ਸਾਰਾ ਕੁਛ ਐਵਰੀਥਿੰਗ ਇਜ਼ ਵਧੀਆ ਦੈਟਸ ਵਾਟ ਇਟ ਇਜ਼ ਮੈਨੂੰ ਜੋ ਚੀਜ਼ਾਂ ਮੈਟਰ ਕਰਦੀਆਂ ਨੇ ਆਹ ਚੀਜ਼ਾਂ ਮੈਨੂੰ ਮੈਟਰ ਕਰਦੀਆਂ ਡਾਰਲਿੰਗ ਮੈਨੂੰ ਕੋਈ ਕੋਈ ਕਿਸੇ ਦਾ ਕੋਈ ਕੀ ਕਰ ਰਿਹਾ ਕਿਸੇ ਦਾ ਮਿਊਜ਼ਿਕ ਵਧੀਆ ਪ੍ਰੋਵਾਈਡ ਹੋਣ ਦੇ ਵਫਾਕ ਅਬਾਊਟ ਐਨੀਬਾਡੀ ਮੈਂ ਬੇਸਿਕਲੀ ਇੱਕ ਚੀਜ਼ ਧਿਆਨ ਰੱਖਦਾ ਮੈਂ ਹੋਰ ਕੁਛ ਨਹੀਂ ਦੇਖਿਆ ਕੀ ਹੈ ਵੀਡੀਓ 'ਚ ਸਿੱਧੂ ਮੂਸੇ ਨੂੰ ਦੇਖਿਆ ਬਸ ਮੈਂ ਜਿਹੜਾ ਰੈਪ ਵਾਲਾ ਪਾਰਟ ਸੀ ਉਹ ਵੀ ਮੈਂ ਵੀ ਧਿਆਨ ਧਿਉਨ ਦਿੱਤਾ ਨਹੀਂ ਨਾ ਮੈਨੂੰ ਨਾ ਹੀ ਪਤਾ ਲੱਗਿਆ ਕੀ ਕਿਹਾ ਉਹਨੇ ਹੈ ਨਾ ਸਿੱਧੂ ਮੂਸੇ ਦੇਖ ਕੇ ਇੰਨਾ ਚਰਵਰ ਦੇਖ ਕੇ ਇੱਕ ਵੀਡੀਓ 'ਚ ਇੰਨਾ ਵਧੀਆ ਲੱਗ ਰਿਹਾ ਨਾ ਚਲ ਇਹ ਸੀ ਅੱਜ ਰਿਐਕਸ਼ਨ ਵੀਡੀਓ ਤੁਹਾਨੂੰ ਵਧੀਆ ਵਧੀਆ ਨਾ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਫਿਰ ਲਾਈਕ ਸਬਸਕ੍ਰਾਈਬ ਕਰਨਾ ਭੁੱਲਿਆ ਫਿਰ ਮਿਲਦੇ ਅਗਲੀ ਕੋਈ ਵੀਡੀਓ 'ਚ ਬਾਏ ਬਾਏ।